ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ ਜਿਹੜਾ ਬਲੱਡ ਬੈਂਕ ਚੱਲ ਰਿਹਾ ਹੈਗਾ ਬਲੱਡ ਬੈਂਕ ਵਿੱਚ ਦਾਨ ਹੋ ਰਿਹਾ ਖੂਨ ਕਿਸ ਦਾ ਆਈਡੀਆ ਸੀ ਅਤੇ ਇਸਦਾ ਮੋਟਿਵ ਸਾਡੇ ਹੋਮਿਓਪੈਥਿਕ ਕਲੀਨਿਕ ਦੇ ਡਾਕਟਰ ਤਸੀਮ ਗਰੇ ਜੀ ਦਾ ਆਈਡੀਆ ਸੀ ਜਗਰੂਪ ਬਲੱਡ ਦਾ ਵੱਧ ਤੋਂ ਵੱਧ ਵਲੰਟੀਅਰ ਨੂੰ ਬੁਲਾ ਕੇ ਬਲੱਡ ਦਾਨ ਦੇਈਏ ਅਤੇ ਉਹਨਾਂ ਨੂੰ ਤੋਲਣ ਦਾ ਆਈਡੀਆ ਸਾਡੇ ਸੀ ਆਮ ਆਦਮੀ ਪਾਰਟੀ ਤੋਂ ਮੈਂ ਅਨਿਲ ਠਾਕੁਰ ਵਪਾਰ ਮੰਡਲ ਦਾ ਪ੍ਰਧਾਨ ਹਾਂ ਮੈਂ ਅਤੇ ਲਗਭਗ ਮੇਰਾ ਖਿਆਲ 70-80 ਯੂਨਿਟ ਬਲੱਡ ਹੋ ਗਿਆ ਅਤੇ ਸਾਡਾ ਟਾਰਗੇਟ ਜਿਹੜਾ 100 ਯੂਨਿਟ ਦਾ ਹੈਗਾ ਜਿਹਦੇ ਵੀ 12:30 ਵਜੇ ਜਰੂ ਬੀਲ ਜੀ ਜਦੋਂ ਪਹੁੰਚਣਗੇ ਉਹਨਾਂ ਨੂੰ ਤੋਲਿਆ ਜਾਊਗਾ ਬਲੱਡ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਮੈਮ ਕੀ ਨਾਮ ਹੈ ਜੀ ਮੇਰਾ ਸ਼ਮਸ਼ੀਰ ਸਿੰਘ ਨਾਮ ਹੈ ਜੀ ਖੂਨਦਾਨ ਕੀਤਾ ਕਿਸ ਤਰ੍ਹਾਂ ਦਾ ਲੱਗਦਾ ਇਹ ਹਰ ਵਾਰੀ ਮੈਮ ਵਧੀਆ ਹੀ ਲੱਗਦਾ ਮੈਂ ਮਤਲਬ ਇਹ ਮੇਰਾ ਸ਼ਾਇਦ 12th-13th ਵਾਰੀ ਮੇਰਾ ਐਕਸਪੀਰੀਅੰਸ ਹੈ ਕਰਨ ਦਾ ਪਰ ਆਹ ਜਿਹੜਾ ਉਪਰਾਲਾ ਕਿ ਕਿਸੇ ਪਾਰਟੀ ਦੇ ਕੈਂਡੀਡੇਟ ਵੱਲੋਂ ਜਿਹੜੀ ਚੀਜ਼ ਕੀਤੀ ਗਈ ਹੈ ਆਪਾਂ ਅੱਗੇ ਦੇਖਦੇ ਹਾਂ ਕਿ ਕੋਈ ਲੱਡੂਆਂ ਨਾਲ ਤੋਲਦਾ ਕੋਈ ਪੈਸੇ ਨਾਲ ਤੋਲਦਾ ਉਹਦਾ ਪਬਲਿਕ ਨੂੰ ਕੋਈ ਫਾਇਦਾ ਨਹੀਂ ਅੱਜ ਅਸੀਂ ਸਾਡੇ ਕੈਂਡੀਡੇਟ ਗਿੱਲ ਸਾਹਿਬ ਨੂੰ ਬਲੱਡ ਦੇ ਨਾਲ ਤੋਲਿਆ ਠੀਕ ਹੈ ਜੀ ਤਾਂ ਉਹ ਇੱਕ ਮਤਲਬ ਸਾਰੀ ਸਟੇਟ ਲਈ ਸਾਰੇ ਦੇਸ਼ ਲਈ ਇੱਕ ਮੈਸੇਜ ਹੈ ਕਿ ਜਿੱਤ ਹਾਰ ਵੱਖਰੀ ਗੱਲ ਆ ਹੈ ਨਾ ਆਪਾਂ ਆਪਣਾ ਸਾਡਾ ਇਰਾਦੇ ਸਹੀ ਹੈ ਅਸੀਂ ਦੇਸ਼ ਲਈ ਕੁਛ ਕਰਨਾ ਚਾਹੁੰਦੇ ਹਾਂ ਅਤੇ ਇਹੀ ਇਸੇ ਰੇ ਅਸੀਂ ਉਮੀਦ ਨਾਲ ਅਸੀਂ ਅੱਜ ਬਲੱਡ ਡੋਨੇਸ਼ਨ ਕੀਤੀ ਹੈ ਕੀ ਲੱਗਦਾ ਇੰਨੀ ਸ਼ਿੱਦਤ ਦਿਖਾ ਰਹੇ ਹੋ ਕੀ ਲੱਗਦਾ ਕਿ ਅੱਗੇ ਜਾ ਕੇ ਆਮ ਆਦਮੀ ਪਾਰਟੀ ਨਾਲ ਜੇ ਸਰਕਾਰ ਬਣਦੀ ਹੈ ਤਾਂ ਬਦਲਾਅ ਆਏਗਾ ਬਿਲਕੁਲ ਆਊਗਾ ਜੀ ਕਿਉਂਕਿ ਆਪਾਂ ਇਸ ਤੋਂ ਜਿਹੜੇ ਪਹਿਲਾਂ ਸਰਕਾਰਾਂ ਉਹ ਅਸੀਂ ਦੇਖ ਚੁੱਕੇ ਹਾਂ ਠੀਕ ਹੈ ਜੀ ਤਾਂ ਇੱਕ ਮੌਕਾ ਤਾਂ ਜ਼ਰੂਰ ਬਣਦਾ ਠੀਕ ਹੈ ਜਿਵੇਂ ਪੰਜਾਬੀ ਆਪਾਂ ਕਹਿੰਦੇ ਯਾਰ ਬੰਦੇ ਨੂੰ ਪਰਖੇ ਬਿਨਾਂ ਆਪਾਂ ਛੱਡਦੇ ਨਹੀਂ ਤਾਂ ਜਿੰਨਾ ਚਿਰ ਆਪਾਂ ਪਰਖਿਆ ਨਹੀਂ ਜੇ ਉਨਾ ਚਿਰ ਆਪਾਂ ਇਹ ਨਹੀਂ ਕਹਿ ਸਕਦੇ ਯਾਰ ਇਹ ਬੰਦੇ ਮਾੜੇ ਆ ਇੱਕ ਵਾਰ ਪਰਖ ਕੇ ਤਾਂ ਦੇਖੋ ਇੱਕ ਵਾਰ ਆਪ ਇਹ ਕਹਿ ਦਿੰਦੇ ਲੁੱਟ ਕੇ ਕੋਈ ਖਾ ਜੂਗਾ ਕਿੰਨਾ ਕੁ ਖਾ ਜੂ ਛੱਡਿਆ ਕੀ ਆਪਣੇ ਕੋਲ ਠੀਕ ਹੈ ਜੀ ਮੈਂ ਆਸਟ੍ਰੇਲੀਆ ਦਾ ਸਿਟੀਜ਼ਨ ਹਾਂ ਮੈਂ ਹੁਣ ਟੂਰਿਸਟ ਵੀਜ਼ੇ 'ਤੇ ਆ ਕੇ ਪਾਰਟੀ ਦਾ ਪ੍ਰਚਾਰ ਕਰ ਰਿਹਾ ਬਾਹਰਲੇ ਦੇਸ਼ਾਂ ਨਾਲ ਜਦੋਂ ਕੰਪੇਅਰ ਕਰਦੇ ਹਾਂ ਤਾਂ ਰੋਣਾ ਆ ਜਾਂਦਾ ਸਾਡੇ ਦੇਸ਼ ਦਾ ਹਾਲ ਦੇਖ ਕੇ ਠੀਕ ਹੈ ਜੀ ਇਦੋਂ ਮਾੜਾ ਕੀ ਹੋ ਜੂ ਹੁਣ ਤਾਂ ਆਪਾਂ ਚੰਗਾ ਹੀ ਹੋ ਸਕਦਾ ਚੰਗੇ ਲਈ ਕਰਾਂਗੇ ਸਰ ਜਿਹੜਾ ਅੱਜ ਉਪਰਾਲਾ ਕੀਤਾ ਗਿਆ ਇਹ ਪਹਿਲੀ ਵਾਰੀ ਦੇਖਣ ਨੂੰ ਮਿਲਿਆਗਾ ਇਹ ਕਿਸ ਤਰ੍ਹਾਂ ਦਾ ਉਪਰਾਲਾ ਅਤੇ ਇਹ ਸੋਚ ਕਿਸਦੀ ਸੀ ਇਹ ਲੋਕਾਂ ਦੀ ਸੋਚ ਹੈ ਜੀ ਨੌਜਵਾਨਾਂ ਦੀ ਸੋਚ ਹੈ ਉਹਨਾਂ ਨੇ ਸਰਦਾਰ ਜਗਰੂਪ ਸਿੰਘ ਗਿੱਲ ਜੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਆ ਉਹਨਾਂ ਨਾਲ ਪਿਆਰ ਜ਼ਾਹਰ ਕਰਦੇ ਹੋਏ ਉਹਨਾਂ ਨੇ ਕਿਹਾ ਗਿੱਲ ਸਾਹਿਬ ਇੱਥੇ ਆਓ ਅਸੀਂ ਤੁਹਾਨੂੰ ਖੂਨ ਨਾ ਤੋਲਾਂਗੇ ਖੂਨ ਦਾਨ ਮਹਾਂਕਲਿਆਣ ਇਹ ਬਹੁਤ ਵੱਡੀ ਹੈ ਇੱਕ ਜਿਹੜਾ ਐਕਸੀਡੈਂਟਲ ਕੇਸ ਹੈ ਕੋਈ ਖੂਨ ਨਾ ਮਰ ਰਿਹਾ ਉਹਨਾਂ ਨੂੰ ਬੂੰਦ ਬੂੰਦ ਖੂਦ ਹੈ ਜਿਹੜਾ ਕੀਮਤੀ ਹੈ ਬੂੰਦ ਆਮ ਆਦਮੀ ਪਾਰਟੀ ਨੂੰ ਲੈ ਕੇ ਸ਼ਿੱਦਤ ਇੱਥੇ ਦੇਖਣ ਨੂੰ ਮਿਲੀ ਹੈ ਤੁਹਾਨੂੰ ਕੀ ਲੱਗਦਾ ਹੈਗਾ ਕਿ ਪੰਜਾਬ ਨੂੰ ਬਦਲਾਅ ਦੀ ਲੋੜ ਹੈ ਪੰਜਾਬ ਦੇ ਲੋਕ ਇੰਨੇ ਦੁਖੀ ਹੈ ਅਸੀਂ ਨਹੀਂ ਕਹਿੰਦੇ ਲੋਕ ਕਹਿੰਦੇ ਆ ਵੀ ਛੇਤੀ ਵੋਟਾਂ ਪੈਣ ਅਤੇ ਅਸੀਂ ਅੱਜ ਹੀ ਬਦਲਾਅ ਕਰ ਦਈਏ ਬਲੱਡ ਕੈਂਪ ਤਾਂ ਜੀ ਮਨੁੱਖਤਾ ਦੀ ਸੇਵਾ ਦੇ ਲਈ ਹੈ ਜਿਹੜੇ ਵਲੰਟੀਅਰ ਇੱਥੇ ਖੂਨਦਾਨ ਕਰਨ ਰਹੇ ਹੈ ਉਹਨਾਂ ਨੇ ਮਨੁੱਖਾਂ ਦੀ ਸੇਵਾ ਦੇ ਲਈ ਕੋਈ ਜ਼ਖਮੀਆਂ ਦੇ ਲਈ ਕਿਸੇ ਨੂੰ ਬਿਮਾਰ ਨੂੰ ਬਲੱਡ ਦੇਣਾ ਉਹ ਮਨੁੱਖਤਾ ਦੀ ਸੇਵਾ ਦੇ ਵਿੱਚ ਇੱਥੇ ਸ਼ਾਮਿਲ ਹੋਏ ਆ ਬਲੱਡ ਦੇ ਲਈ ਇਹ ਉਹਨਾਂ ਦੀ ਇੱਛਾ ਸੀ ਵੀ ਜਿਹੜੀ ਇਹ ਜਿਹੜਾ ਸਮਰਪਿਤ ਹੈ ਮੇਰੀ ਜਿਹੜੀ ਚੋਣ ਮੁਹਿੰਮ ਚੱਲ ਰਹੀ ਹੈ ਉਸ ਨੂੰ ਅੱਗੇ ਵਧਾਉਣ ਲਈ ਵੀ ਅਸੀਂ ਲੋਕ ਸੇਵਾ ਹੋਰ ਵਧੀਆ ਤਰੀਕੇ ਨਾਲ ਕਰਾਂਗੇ ਵੀ ਉਹ ਵਿਅਕਤੀ ਹੈ ਜਿਹੜਾ 45 ਸਾਲ ਤੋਂ ਲੋਕ ਸੇਵਾ 'ਚ ਹੈ ਵੀ ਅਸੀਂ ਤੁਹਾਡੇ ਨਾਲ ਮੋਢਾ ਨਾਲ ਮੋਢਾ ਲਾ ਕੇ ਚੱਲਾਂਗੇ ਉਸ ਨੂੰ ਸਮਰਪਿਤ ਮੇਰੀ ਸੇਵਾ ਭਾਵਨਾ ਨੂੰ ਸਮਰਪਿਤ ਇਹ ਪਹਿਲ ਕੀਤੀ ਜਾ ਰਹੀ ਆਮ ਆਦਮੀ ਪਾਰਟੀ ਵੱਲੋਂ ਜਿਸ ਤਰ੍ਹਾਂ ਕਿ ਇਸ ਤੋਂ ਪਹਿਲਾਂ ਕਦੇ ਇਸ ਤਰ੍ਹਾਂ ਕੈਂਪ ਨਹੀਂ ਲਗਾਇਆ ਦੇਖੋ ਆਮ ਆਦਮੀ ਪਾਰਟੀ ਹਰ ਗੱਲਾਂ 'ਚ ਪਹਿਲ ਕਰਦੀ ਹੈ ਦਿੱਲੀ ਦੇ ਵਿੱਚ ਉਹਨਾਂ ਨੇ ਜੇ ਬਿਜਲੀ ਮਾਫ਼ੀ ਦੀ ਪਹਿਲ ਕੀਤੀ 200 ਯੂਨਿਟ ਚੱਲੀ ਜਾਂਦੀ ਹੈ ਜੇ ਉਹਨਾਂ ਨੇ ਉੱਥੇ ਐਜੂਕੇਸ਼ਨ ਸਿਸਟਮ ਨੂੰ ਸੁਧਾਰਨ ਦੀ ਗੱਲ ਕੀਤੀ ਉਹ ਜਾਰੀ ਹੈ ਜੇ ਉਹਨਾਂ ਨੇ ਹੈਲਥ ਸਿਸਟਮ ਫਰੀ ਔਰ ਵਧੀਆ ਕੀਤਾ ਉਹ ਜਾਰੀ ਹੈ ਅਤੇ ਇਹ ਵੀ ਪਹਿਲ ਫਿਰ ਆਮ ਆਦਮੀ ਪਾਰਟੀ ਨੇ ਕਰਨੀ ਸੀ ਹੁਣ ਪੰਜਾਬ ਦੇ ਵਿੱਚ ਨਵੀਆਂ ਪੈੜਾਂ ਪਾ ਰਹੀ ਹੈ ਰਾਜਨੀਤੀ ਦੇ ਡੈਫੀਨੇਸ਼ਨ ਨੂੰ ਬਦਲਣਾ ਚਾਹੁੰਦੀ ਹੈ ਆਮ ਆਦਮੀ ਪਾਰਟੀ ਕਿ ਹਰ ਪਾਰਟੀ ਦੀਆਂ ਜਿਹੜੀਆਂ ਨੀਤੀਆਂ ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਕੰਮ ਨੂੰ ਦੇਖ ਕੇ ਚੇਂਜ ਕਰਨੀਆਂ ਪੈਣੀਆਂ ਕਿਉਂਕਿ ਪੰਜਾਬ ਦੇ ਵਿੱਚ ਵੀ ਉਹਨਾਂ ਨੇ 300 ਯੂਨਿਟ ਫ੍ਰੀ ਬਿਜਲੀ ਕਹੀ ਐਜੂਕੇਸ਼ਨ ਸਿਸਟਮ ਦੇ ਸੁਧਾਰ ਦੀ ਗੱਲ ਕੀਤੀ ਹੈਲਥ ਸਿਸਟਮ ਫ੍ਰੀ ਔਰ ਵਧੀਆ ਕਰਨ ਦੀ ਗੱਲ ਕੀਤੀ 1000 ਰੁਪਇਆ ਮਹਿਲਾਵਾਂ ਨੂੰ ਗਰੰਟੀ ਦੇ ਤੌਰ ਦੇ ਉੱਤੇ ਹਰ ਮਹੀਨੇ ਦੇਣ ਦੀ ਗੱਲ ਕੀਤੀ ਨਵੀਆਂ ਪੈੜਾਂ ਰਾਜਨੀਤੀ ਦੀਆਂ ਆਮ ਆਦਮੀ ਪਾਰਟੀ ਪਾ ਰਹੀ ਹੈ ਔਰ ਭਵਿੱਖ ਦੇ ਵਿੱਚ ਹੋਰ ਪਾਉਂਦੀ ਰਹੂਗੀ ਲੋਕਾਂ ਦੀ ਭਾਵਨਾ ਨੂੰ ਸਮਰਪਿਤ ਹੈ ਆਮ ਆਦਮੀ ਪਾਰਟੀ ਲੋਕਾਂ ਦੀ ਸੇਵਾ ਕਰਨਾ ਚਾਹੁੰਦੀ ਹੈ ਆਮ ਆਦਮੀ